चंडीगढ़ आके मिलते हैं ਸਿੰਘਾ ਭਾਈ ਚੱਲੇ ਹੁਣ ਉਹਨੇ ਮਾਂ ਦਾ ਸੁਖ ਰੱਖ ਕੋ ਚੰਡੀਗੜ੍ਹ ਹੋ ਗਿਆ ਆ ਜਾਏ ਹਾਂ ਬਾਬਾ ਤਾਰਾ ਸਿੰਘ ਕਾਪੀਆਂ ਤੇ ਕਿ ਸੰਦੀਪ ਦੇ ਇੰਨੇ ਪੈਸੇ ਸੰਦੀਪ ਦੇ ਇੰਨੇ ਪੈਸੇ ਠੀਕ ਹੈ ਨਾ ਸਿੱਗੀ ਆਪਾਂ ਹਰੇਕ ਦੀ ਮੈਂ ਨਹੀਂ ਖਿੱਚ ਕੇ ਕੰਮ ਬਖਸ਼ਣਾ ਕੋਈ ਨਹੀਂ ਆਪਾਂ ਨੱਪ ਕੇ ਰੱਖਣੇ ਸਾਰੇ ਇਹ ਮੈਂ ਕਹਿੰਦਾ ਨੱਪ ਕੇ ਬਾਈਰ ਨੱਪ ਕੇ ਰੱਖੇ ਹੋਏ ਰੱਖਣੇ ਨਹੀਂ ਰੱਖੇ ਆ ਵੀਰੇ ਨੱਪ ਕੇ ਨਾ ਰੱਖੇ ਹੋਏ ਆ ਤੂੰ ਰੀ ਲੱਗੇ ਸ਼ੇਰ ਨਾਲ ਸਮਾਈਲ ਸਮਾਈਲ ਵੇ ਮੁੰਡਾ मिंट पिछे जल जाता बुक लैन बह जा यार बेचारा ठीक नहीं गा बड़ी वाहगुरु की कृपा ना असि रोटी खाने लगे मुंडे पढ़ लिखन के शौकीन मिलांगे जरूर पता नहीं किन्नू मिलना इन्हें भाई की अपने नाम जिहड़े अपने भैण भरा प्यार करदे आ ते भरा तो मंगायो किताबां बहुत वधिया सारियां हैगियां बाई कोल अवेलेबल आ की खाना चाहोगे माड़ा व्लॉग यार ਇੰਨਾ ਮਾੜਾ ਵਲੌਗ ਕਰਨਾ ਹੋਵੇ ਯਾਰ ਬਈ ਯਾਰ ਹੈਲੋ ਬੋਲ ਦੋ ਹੈਲੋ ਬੋਲ ਦੋ ਹੈਲੋ ਕਿਹੜੀ ਗੋਲੀਆਂ ਵਧੀਆ ਹੁੰਦੀਆਂ ਨੇ ਗੋਲੀ ਤਾਂ ਕਿੰਨੇ ਸਪਰੀਨ ਵੀ ਵਧੀਆ ਹੁੰਦੀ ਹੈ ਤੁਸੀਂ ਦੱਸੋ ਕਿਹੜੀ ਲੈਣੀ ਹੈ ਨਹੀਂ ਇਹਨੇ ਖੱਟ ਮੀਡੀਆ ਦੱਸ ਨਾ ਆ ਦੇ ਮੂਹਰੇ ਗੱਲ ਨਾ ਕਰ ਤੇਰੀ ਔਕਾਤ ਦੀ ਜਿਹੜੀਆਂ ਹੈਗੀਆਂ ਸਾਰੀਆਂ ਚ ਪਰ ਤੂੰ ਰਹਿਣ ਦੇ ਮੇਰਾ ਫਿਰ ਤੂੰ ਨਾ ਖਾਇਆ ਕਰ ਹਾਂ ਠੀਕ ਹੈ ਦੱਸੋ ਕਿਹੜੀ ਖਾਓਗੇ ਤੂੰ ਉਹ ਵੀ ਤੈਨੂੰ ਤਾਂ ਪੁੱਛਦਾ ਪਿਆ ਆ ਯਾਰ ਤੂੰ ਤੁਹਾਡੀ ਪਸੰਦ ਤੁਸੀਂ ਦੱਸੋ ਆ ਕਾਦੇ ਕੰਮ ਆਉਂਦੀ ਆ ਕੋਕੋਨਟ ਕੇਸਰ ਬੱਚਾ ਪੁੱਛਦਾ ਹਾਂ ਖਾਣ ਦੇ ਇਹ 150 ਬਾਈ ਨੇ ਦੱਸਦਾ 150 ਦੀ ਤੇਰੇ ਕਾਰ ਤੋਂ ਬਾਹਰ ਹੈ ਅੱਛਾ ਇਹ ਤੇਰੇ ਕੰਮ ਦੀ ਨਹੀਂ ਹਾਂ ਠੀਕ ਹੈ ਹੋ ਜੀ ਤੁਸੀਂ ਕਹਿੰਦੇ ਹੋਗੇ ਸਵੇਰ ਦੇ ਵਲੌਗ ਤਾਂ ਵਿਖਾਈ ਜਾਂਦੇ ਆ ਤੇ ਕਾਦਾ ਵਲੌਗ ਆ ਜਾਂ ਕਿੱਦਾਂ ਵਾ ਤੇ ਤੁਸੀਂ ਕਵਰ ਤੋਂ ਦੇਖ ਹੀ ਲਿਆ ਹੋਣਾ ਵਾ ਤੇ ਆਪਣਾ ਬਸ ਮਨਜੋਤ ਆਉਣੀ ਵਾਲੀ ਆ ਮਨਜੋਤ ਨੇ ਆ ਜਾਣਾ ਵਾ ਹੁਣ ਟਾਈਮ ਕਿੰਨਾ ਆ ਵੇਖ 4:36 ਤੇ ਮਨਜੋਤ ਨੇ ਆ ਜਾਣਾ 9:30 ਨੂੰ ਇੱਥੇ ਦਿੱਲੀ ਤੇ ਤੁਹਾਨੂੰ ਦਿਖਾਉਣੇ ਅੱਗੇ ਸਾਰਾ ਕੁਝ ਦੱਸ ਦੇ ਨਾਲੇ ਕਾਤੋਂ ਆਈ ਮਨਜੋਤ ਕਿੱਦਾਂ ਆਈ ਕੀ ਚੱਕਰ ਆ ਤੇ ਬਣੇ ਰਹੋ ਵਲੌਗ ਦੇ ਨਾਲ ਨਾਲ ਬਾਕੀ ਵੈਗਰੂ ਦੀ ਕਿਰਪਾ ਨਾਲ ਆਪਾਂ ਹੁਣ ਬੁੱਕੇ ਲੈਣ ਲੱਗੇ ਮਨਜੋਤ ਲਈ ਬੁੱਕੇ ਲੈ ਲਿਆ ਲੱਗੇ ਆ ਲੈਣੇ ਬੁੱਕੇ ਲੈ ਲੈ ਬੁੱਕੇ ਲੈ ਬੁੱਕੇ ਲੈ ਲਿਆ ਲੈਣ ਲੱਗੇ ਆ ਓਏ ਬੁੱਕੇ ਤੇ ਬਾਕੀ ਹੋ ਨਾ ਰਹਿ ਜੇ ਹੁਣ ਵਲੌਗ ਬੈਕ ਟੂ ਬੈਕ ਆਉਣਗੇ ਬਾਬੇ ਜੀ ਮੇਰੇ ਨਾਲ ਤੁਸੀਂ ਇਦਾਂ ਹੀ ਪਿਆਰ ਦਿੰਦੇ ਰਹੋ ਠੀਕ ਹੈ ਸੀਟ ਬੈਲਟ ਲਈ ਭਾਜੀ ਨਹੀਂ ਤਾਂ ਚਲਾਣ ਆ ਰੂਲ ਐਂਡ ਰੈਗੂਲੇਸ਼ਨਸ ਫੋਲੋ ਕਰੋ ਗੱਡੀ ਖੜੀ ਆ ਹਾਂ ਖੜੀ ਤੇ ਵੀ ਡਾਰੇ ਭਰਾਵਾ ਪਤਾ ਲੱਗਦਾ ਕਿੰਨੇ ਤਾਰ ਗਿਆ ਕਿੰਨਾ ਚਲਾਣ ਆ ਹੈਲਮਟ ਤੂੰ ਇੱਥੇ ਆ ਤੇਰੇ ਦਾ ਕਾਰਨਾ ਮੈਂ ਨਹੀਂ ਕਿ ਥੋੜਾ ਜਿਹਾ ਮੈਂ ਰੂਲ ਸਮਝਾ ਦੇਣਾ ਚਾਹੁੰਦਾ ਆ ਆਪਣੇ ਇੰਡੀਆ ਦੇ ਵਿੱਚ ਹੁਣ ਲਾਗੂਗਾ ਇਵਨ ਕਿ ਪਹਿਲਾਂ ਦਿੱਲੀ 'ਚ ਹੁੰਦਾ ਸੀਗਾ ਹੁਣ ਪੰਜਾਬ 'ਚ ਵੀ ਲਾਗੂਗਾ ਕਿ ਅਗਰ ਪਿਛਲੀਆਂ ਸੀਟਾਂ ਤੇ ਸੀਟ ਬੈਲਟ ਨਹੀਂ ਲੱਗੀ ਤਾਂ ਚਲਾਣ ਹੈ ਚਲਾਣ ਠੀਕ ਆ ਆਪਾਂ ਨੂੰ ਦੋਂਦਾ ਡਰ ਆਪਾਂ ਤਾਂ ਲਾ ਕੇ ਰੱਖਦੇ ਆ ਨਹੀਂ ਨਹੀਂ ਸਹੀ ਆ ਕੋਈ ਜਿੱਦਾਂ ਦੇ ਡਰਾਈਵਰ ਨੇ ਸਾਡੇ ਲਾਉਣੀ ਪੈਂਦੀ ਆ ਮੈਂ ਵੀ ਜੱਟੋ ਬੁੱਕੇ ਲੈ ਰਹੇ ਆ ਤੇ ਕੈਨੇਡਾ ਨੂੰ ਚੱਲਿਆ ਹਾਂ ਦੁੱਕੇ ਵੇਖੋ ਸੋਹਣੇ ਆ ਕਿ ਕਿੱਦਾਂ ਦੱਸਿਓ ਇਹ ਹੁੰਦਾ ਕਿ ਨਵਾਂ ਨਵਾਂ ਚਾ ਨਵਾਂ ਨਵਾਂ 3 ਸਾਲ ਹੋ ਚੱਲੇ ਪਏ ਹਲੇ ਤੇ ਫਿਰ ਨਾ ਤਾਂ ਬੁੱਕੇ ਲੈ ਕੇ ਚੱਲੇ ਆ ਯਾਰ ਰਵਿੰਦਰ ਤੈਨੂੰ ਆਖਿਆ ਨਹੀਂ ਸੀ ਉਸ ਦਿਨ ਮੈਂ ਹਾਂਜੀ
तपस्या करने तो बाद बोर्डिंग हो ही गई फाइनली। तो हम आप जा रहे हैं प्लेन के वाल। तो फाइनली मैं बस ये है कि यह 6 घंटे का सफ़र हम आराम लंघ जाए बिकॉज मैंने इन्नी भुख लगी आ। बट अज पता लग गया कि सबर करना भी जरूरी है, कदों भी कुछ भी हो सकता, पेशेंस मस्ट आ। कोई गल नहीं, जो होना हो गया। बट मैं तुम जिम्मे पहले ही कहा कि जो ही आप उत्तर पहुँचना वा सब कुछ सैट हो जाए। फिर बस हम थोड़ा जि सफ़र रह गया 6 घंटे का, फिर आप पहुँच जाना वा दिल्ली। मैंने यही समझ ना अभी की विंडो सीट, बट मैनू इधर वाली मिल गई। आई थिंक बाय मिसटेक साइड तो ए वाली होगी। चलो कोई गल नहीं, बट ये कि रात में की दिखना सीगा, हूँ दिखना ही सगों बार। इट्स ओके, बट मेक श्योर जो थोड़ी होंगकोंग की स्टे है तो सी कैश तो सारा कुछ अपने नाम लेके आओ। तो बस कैश मस्त है बिकॉज करंसी चेंज भी वीजा कार्ड चाहिए वो भी नहीं मेरे को। एक्साइटेड बहुत ज़्यादा, मैं बहुत ज़्यादा हूँ। जो जो नेड़े आ रहे ना उसमें कुछ हो ही जाता है। पहुँच गया फाइनली आप दिल्ली। फर्क तो बहुत लग रहा, मतलब पूरी फीलिंग आ रही है कि आप इंडिया च पहुँच गए। तो मैं इन्नी एक्साइटेड हाँ, मतलब मैनू हादसा ही नहीं होता। हूँ इतने आप बैग लें तो फिर देखते हैं तो कितने खड़े ने करूँ नहीं। मैं तो जुकाम लग गया पाया। मैं थोन दस नहीं सकती कि मैं कितनी खुश हाँ। ओह माय गॉड, उड़ते आ गए अभी एयरपोर्ट पे। भाई महा पहुंचे थे ओ भी कार्ड, ओ भी तो स्टोरी दसेंगे की चक्कर बनया ते थोनू दिखाने आ जदों मंजोत आउंदी। फिर बाकी भाई भी मेहर करे सारा के भाई जी साफ क्या दिल नु कुछ होई जांदा मेरी साफ क्या होला पया नजारे दें झूठे फ्री दे लेंदे बंदा नाले तनखा मिलती है। की कहिंदा सी तू मेनू तेरे लच्छन भी नहीं ठीक लगते। संस्कारी बंदा आ, बगानी औरतां नूं नहीं देखदा लगी समझ। मैं पता नहीं कड़ी गल करनी जो कैमरा ऑन कराया भी कैमरा ऑन करो तू पम्मू लैन आया
10 lakh बस ले गए कनेडा तो है तुसी? तुसी कनेडा तो है? झूठा चुंडी वट गए चुंडी वट गए मनजोत गिल जी कितना लग रहा है? अच्छा तेरी आ गई से तौर पियो सॉन्ग ये बन लाद दा 11 बज गए ना। हेलो किमे हो बुढ़िया तो अच्छी दसो बस बढ़िया की करते कुछ नहीं बस तैयारी करी जानी है पेपर दी कल पेपर आ फिर अच्छा बेस्ट ऑफ लक थैंक यू बड़ी कटी जी पहला मैं तो ठीक हां बस अच्छा मैं कह तू ठीक है वधिया वधिया करन आ गए वापस नहीं अड्डी यार ले अच्छा अच्छा आज गए आ सुबह ठीक है कौन नु कहता वापस आऊंगा मेरा फोन भी 1% ही है मैं कह मैं हूं नहीं देखी थोड़ी मिस कॉल मैं पढ़दी पई ही कह करन मेरा फोन नहीं चक्या करन किथे गया वा म्यूट किया अच्छा करने मेरा फोन ही नहीं चक्या क्या पता नहीं तू ही लाके देखियो फिर मैं कहा हूं मैं कॉलेज चले जाना ना हूं मैं भी तैयार हूं नहीं आ मेरी क्लास आज चल मैं वेनी है लाके फिर तन दस्ती हूं ओके मैं जागती हूं क्योंकि इधर तो सवेर है साढ़े इधर 10:15 होए है ओके ओके चल मैं वेनी है चल मैं भी नहा लूंगा ठीक है ओके भाई एक्टिंग बहुत घटा दस्ती थी ओए ना ना आगे छप्पर दा पानी तन्नू होना होगा लो जी हुण आपां घरे जाके घर दे नूं सरप्राइज देवांगे क्योंकि मैनूं वी नाल मरोंगे 6-7 महीने हो गए आ मनजोत नूं घरों दूर होई नूं घर कोई नहीं,
ਹੁਣ ਗਰਮੀ ਹੋ ਗਈ ਨਾ ਤਾਂ ਕਰਕੇ ਜੀ ਸੰਦੀਪ ਜੀ ਦੀ ਸੁੱਤੇ ਹੋ ਉਹਨਾਂ ਨੇ ਤਾਂ ਕਹਿੰਦਾ ਸੁਪਨੇ ਜੀ ਮੈਂ ਤੂੰ ਤਾਂ ਸੱਚੀ ਕਹਿੰਦੀ ਸੀ ਫੋਨ ਤੇ ਵੀ ਇਹ ਗੱਲਾਂ ਨਾ